ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਸਾਰਿਆਂ ਦਾ। ਪਿੰਡ ਕੋੜਵਾ ਯਾਰਾਂ ਦਾ ਕਿਸਾਨ ਯੂਨੀਅਨ ਦੇ ਜਿੰਨੇ ਵੀ ਮੈਂਬਰ ਸਾਡੇ ਵੀਰਾਂ ਦੇ ਸਹਿਯੋਗ ਨਾਲ ਜੋ ਕਿ ਇਹ ਟਰਾਲੀ ਤਿਆਰ ਕੀਤੀ ਗਈ ਹੈ, ਲਗਜ਼ਰੀ ਟਰਾਲੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਜਿਹਦੇ ਵਿੱਚ ਏਸੀ, ਐਲਸੀਡੀ ਅਤੇ ਹੋਰ ਵੀ ਸਹੂਲੀਅਤ ਨੇ। ਬਾਕੀ ਤੁਹਾਨੂੰ ਟਰਾਲੀ ਦਿਖਾਉਂਦੇ ਹਾਂ ਜੀ ਕਿਵੇਂ ਅਸੀਂ ਮੋਡੀਫਾਈ ਕੀਤੀ ਹੈਗੀ ਹੈ, ਚੈੱਕ ਕਰੋ ਵੀਡੀਓ ਦੇ ਵਿੱਚ। ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਜਾਵੇ ਜੀ ਅੱਖਾਂ ਖੋਲੋ ਮੁੰਡਾ ਡੋਲੋ ਐਵੇਂ ਨਾ ਜਵਾਨੀ ਰੋਲੋ ਜਜ਼ਬਾ ਆਪਣੇ ਅੰਦਰੋਂ ਡੋਲੋ ਮਿਹਨਤ ਰੰਗ ਲਿਆਵੇਗੀ ਕੀ ਹੁੰਦੀਆਂ ਨੇ ਤਕਦੀਰਾਂ ਏ ਹੱਥਾਂ ਦੀਆਂ ਲਕੀਰਾਂ ਯਾਰੋ ਬਦਲ ਦਿਓ ਤਸਵੀਰਾਂ ਡਰ ਜਾਣਾ ਮਨਜ਼ੂਰ ਨਹੀਂ ਕੰਮ ਨਾ ਮਰਦਾ ਵਾਲੇ ਦਿਲ ਕਮਜ਼ੋਰ ਹੋ ਗਏ ਵਾਲੇ ਕਿਉਂ ਨੀ ਖਾਂਦਾ ਖੂਨ ਉਬਾਲੇ ਚਿਹਰੇ ਤੇ ਵੀ ਨੂਰ ਨਹੀਂ ਜੇ ਹੋਲੀ ਰਾਤਾਂ ਪੱਕੇ ਦੁਨੀਆ ਮਾਰੇ ਧੱਕੇ ਬੰਦਾ ਦਿਲਾਂ ਛੋਟਾ ਰੱਖੇ ਮੰਜ਼ਿਲ ਬਹੁਤੀ ਦੂਰ ਨਹੀਂ ਮੰਜ਼ਿਲ ਬਹੁਤੀ ਦੂਰ ਨਹੀਂ ਚੇਤੇ ਰੱਖਿਓ ਜੀ ਜੋ ਜੰਗੋ ਧੱਕੇ ਨੇ ਕਰਦੇ ਨਹੀਂ ਨਾਲ ਹਾਲਾਤਾਂ ਲੜਦੇ ਕੋਸ਼ਿਸ਼ ਕਰਦੇ ਤੋਂ ਵੀ ਡਰਦੇ ਉਹਨਾਂ ਖੱਟਿਆ ਦੱਸਿਓ ਕੀ ਜੋ ਝੁਕੇ ਸਮੇਂ ਦੇ ਅੱਗੇ ਬੈਠੇ ਵੇਖਣ ਖੱਬੇ ਸੱਜੇ ਉਹਨੂੰ ਫਲ ਵੀ ਕਿੱਥੋਂ ਲੱਗੇ ਜਿਹਨੂੰ ਪੈਂਦਾ ਬੂਰ ਨਹੀਂ ਸਿਰੇ ਦਾ ਪੈਂਦਾ ਜੀ ਰੱਬ ਚੜ੍ਹਦੀ ਕਲਾ ਵਿਖਾਵੇ ਕੀਤੀ ਮਿਹਨਤ ਨੂੰ ਰੰਗ ਲਾਵੇ ਫਰਸ਼ੋ ਅਰਸ਼ਾਂ ਤੱਕ ਪਹੁੰਚਾਵੇ ਬਿੱਕਾ ਸੱਚੀਆਂ ਕਹਿੰਦਾ ਜੀ ਹੋ ਜਾਂਦੇ ਕਾਰਜ ਪੂਰੇ ਮੰਜ਼ਿਲ ਆਈ ਖੜੀ ਏ ਮੂਹਰੇ ਤੁਰਦੇ ਹਿੱਕ ਤਾਣ ਕੇ ਸੂਰੇ ਕਰਦੇ ਕਦੇ ਗਰੂਰ ਨਹੀਂ ਜੇ ਹੋਲੀ ਰਾਤੇ ਪੱਕੇ ਦੁਨੀਆ ਮਾਰੇ ਧੱਕੇ ਬੰਦਾ ਦਿਲਾਂ ਛੋਟਾ ਰੱਖੇ ਮੰਜ਼ਿਲ ਬਹੁਤੀ ਦੂਰ ਨਹੀਂ ਮੰਜ਼ਿਲ ਬਹੁਤੀ ਦੂਰ ਨਹੀਂ ਜ਼ਿੰਦਾਬਾਦ 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 ਅਸੀਂ ਕੰਡਿਆਂ ਤੇ ਸੌਂਦੇ ਕੰਡਾ ਧਾਰ ਕੀ ਕਰੂ ਇਹਨਾਂ ਛਾਤੀਆਂ ਨੂੰ ਪਾਣੀ ਦੀ ਬੌਛਾਰ ਕੀ ਕਰੂ ਸਿੰਧਾਬਾਦ।
च बैठा कोई खास लाजमी किथे लिखे आए सबरां दे अंत नहीं हुंदे धूड़ पिंडियां दी। सो देख सकते हो तुसीं कि ट्राली साडी हो गई है जी रेडी। सो तुहानूं हुण दिखांदे आ अंदर दा व्यू। बैठा कोई खास लाजमी किथे लिखे आए सबरां दे अंत नहीं हुंदे धूड़ पिंडियां दी बणूगी पटास लाजमी। एह इज्जतां दे राखियां दी कौम हाकमा हायो कौम हाकमा। एह इज्जतां दे राखियां दी कौम हाकमा तैनू शर्म ਕਿੱਦਾਂ ਮਤਲਬ ਕੀ ਤਿਆਰ ਕੀਤੀ ਆ ਜੀ? ਅਜੇ ਪਿੰਡ ਦੇ ਤਰਫੋਂ ਹੀ ਕੀਤੀ ਗਈ ਸੀ। ਸਭ ਦੀ ਸੁਜੈਸ਼ਨ ਸੀ ਵੀ ਅੱਗੋਂ ਗਰਮੀਆਂ ਆ ਰਹੀਆਂ ਨੇ ਉਹਦੇ ਕਰਕੇ ਵੀ ਅੱਗੋਂ ਜੋ ਉੱਥੇ ਦਾ ਤੁਹਾਨੂੰ ਮਾਹੌਲ ਪਤਾ ਹੀ ਆ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਦਿੱਲੀ 'ਚ ਉਹਦੇ ਚੱਕਰ 'ਚ ਇੱਥੇ ਥੋੜ੍ਹੀ ਟਰਾਲੀਆਂ ਵੈਸੇ ਦੋ ਨੇ ਆਪਣੇ ਪਿੰਡ ਦੀਆਂ ਪਰ ਇਹ ਅਲੱਗ ਤੋਂ ਤਿਆਰ ਕੀਤੀ ਗਈ ਆ ਉੱਥੇ ਇਹ ਕੱਲ੍ਹ ਨੂੰ ਰਵਾਨਾ ਹੋਣੀ ਹੈ। ਉਹਦੇ ਚੱਕਰ 'ਚ ਸੀ ਵੀ ਜੋ ਉੱਥੇ ਜਾ ਰਹੇ ਨੇ ਜਿਹੜੇ ਆਪਣੇ ਕਿਸਾਨ ਵੀਰ ਜਾ ਰਹੇ ਨੇ ਉਹਨਾਂ ਨੂੰ ਕੋਈ ਤੰਗੀ ਨਾ ਆਵੇ। ਹਰ ਤਰ੍ਹਾਂ ਦੀ ਇਹ 'ਚ ਫੈਸਿਲਿਟੀ ਦਿੱਤੀ ਗਈ ਹੈ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਅਤੇ ਕਮ ਬਜਟ 'ਚ ਜਿੰਨਾ ਵੀ ਸਾਡੇ ਤੋਂ ਘੱਟ ਤੋਂ ਘੱਟ ਬਜਟ 'ਚ ਤਿਆਰ ਕੀਤੀ ਆ। ਵੀ ਇਹ ਨਹੀਂ ਹੋਇਆ ਵੀ ਆਪਾਂ ਬਾਹਲੀਆਂ ਸ਼ੋਸ਼ੇਬਾਜ਼ੀਆਂ ਕਰੀਏ ਵੀ ਦੁਨੀਆਂ ਦਿਖਾਈਏ ਇੰਨੇ ਲੱਖ 'ਚ ਤਿਆਰ ਕਰਤੀ ਉਹਨੇ ਵੀ ਕਰਤੀ ਬਿਲਕੁਲ ਅਤੇ ਬਹੁਤ ਘੱਟ ਬਜਟ 'ਚ ਅਤੇ ਬਹੁਤ ਵਧੀਆ ਟਰਾਲੀ ਤਿਆਰ ਕੀਤੀ। ਤੇ ਸਾਨੂੰ ਥੋੜਾ ਦੱਸੋ ਜੀ ਟਰਾਲੀ ਬਾਰੇ ਕੀ ਇਹਦੇ 'ਚ ਐਟਮ ਲਗਾਏ ਨੇ? ਆਪਣਾ ਏਸੀ ਹੈ ਜੀ, ਇਸ ਤੋਂ ਬਾਅਦ ਆਪਣਾ ਸਟੈਬਲਾਈਜ਼ਰ ਹੋ ਗਿਆ, ਇੱਕ ਪੱਖਾ ਇਹ, ਇੱਕ ਹੋਰ ਇੱਥੇ ਐਡਜਸਟ ਹੋ ਜਾਏਗਾ ਜੀ, ਉੱਥੇ ਦੀਆਂ ਟਰਾਲੀਆਂ 'ਚ ਅਤੇ ਉਹ ਇੱਥੇ ਹੋ ਜਾਏਗਾ ਜੀ। ਬਿਲਕੁਲ ਠੀਕ। ਆਪਣੇ ਕੱਪੜੇ ਟੰਗਣ ਵਾਸਤੇ ਹੋ ਗਿਆ ਜਿਹੜਾ ਆਪਣੇ ਐਕਸਟਰਾ ਹੁੰਦੇ ਥੋੜ੍ਹੇ। ਹਾਂਜੀ। ਅਤੇ ਆਪਣੀਆਂ ਖਿੜਕੀਆਂ ਹੋ ਗਈਆਂ ਜੀ। ਕਈ ਵਾਰੀ ਕੀ ਹੁੰਦਾ ਕਿ ਬਾਹਰ ਦਾ ਮੌਸਮ ਵਿਊ ਦੇਖਣ ਵਾਸਤੇ ਤੁਸੀਂ ਦੇਖ ਸਕਦੇ ਹੋ ਇੱਥੋਂ। ਜ਼ਰੂਰ। ਇਹਦੇ ਬਾਅਦ ਆਪਣਾ ਅੱਗੇ ਵਧੀਆ ਥੋੜ੍ਹਾ ਜ਼ਿਆਦਾ ਆਪਣਾ ਫੈਨ ਹੋ ਗਿਆ ਜੀ। ਇਹ ਫਿਰ ਆਪਣੇ ਆ ਜੀ, ਕਈ ਵਾਰੀ ਹੋ ਗਿਆ ਜੀ ਡਾਇਨਿੰਗ ਟੇਬਲ ਹੋ ਗਿਆ ਜੀ ਆਪਣਾ, ਇਹ ਇੱਦਾਂ ਤੁਹਾਨੂੰ ਦਿਖ ਨਹੀਂ ਰਿਹਾ ਕੁਛ। ਠੀਕ ਹੈ, ਖੋਲ ਕੇ ਦਿਖਾ ਦਿਓ। ਇਹ ਵੈਸੇ ਦਿਖ ਨਹੀਂ ਰਿਹਾ, ਇਹ ਆਮ ਟਰਾਲੀ ਲੱਗ ਰਹੀ ਹੈ ਪਰ ਤੁਸੀਂ ਖੋਲੋਗੇ ਤੇ ਇੱਥੇ ਤੁਹਾਡਾ ਸਾਰਾ ਬਣ ਜਾਏਗਾ ਜੀ। ਕੀ ਇਹਨੂੰ ਅਸੀਂ ਡਾਇਨਿੰਗ ਟੇਬਲ ਕਹਿ ਸਕਦੇ ਹਾਂ? ਹਾਂਜੀ ਹਾਂਜੀ, ਪ੍ਰੋਪਰ ਡਾਇਨਿੰਗ ਟੇਬਲ ਹੈ ਜੀ। ਪ੍ਰੋਪਰ ਬਿੰਦਰ ਵੀਰ, ਪਿੰਦੂ ਗਿੰਦਾ ਵੀਰ ਵੀ ਜਿਨ੍ਹਾਂ ਨੇ ਆਪਣਾ ਮਾਇੰਡ ਲਾਇਆ ਕੁਛ, ਅਸੀਂ ਸਹਿਯੋਗ ਕੀਤਾ ਸਾਰਾ ਫਾਈਨੈਂਸ਼ਲੀ ਚ, ਹੈਂਡਵਰਕ ਚ ਕੁਛ ਵੀ ਆ, ਸਾਰੇ ਮੁੰਡਿਆਂ ਨੇ ਪਿੰਡ ਦੇ ਰਲ ਕੇ ਹੀ ਕੀਤਾ। ਕੋਈ ਇਹ ਨੀ ਆਪਾਂ ਐਕਸਟਰਾ ਮਜ਼ਦੂਰ ਲਾਇਆ, ਕਿਸੇ ਨੂੰ ਦਿਹਾੜੀ ਦਿੱਤੀ ਹੈ, ਬਿਲਕੁਲ ਸਹੀ, ਕੋਈ ਨੀ ਕਿਸੇ ਨੂੰ ਦਿਹਾੜੀ ਦਿੱਤੀ ਕਿਸੇ ਨੂੰ, ਇਹ ਸਿਰਫ ਆਪਣੇ ਹੈਂਡਮੇਡ ਤਿਆਰ ਕੀਤੀ ਹੈ ਘਰੇ ਹੀ, ਫਿਲਹਾਲ ਤੇ ਘਰੇ ਹੀ ਖੜੀ ਹੈ ਜੀ, ਇੱਥੇ ਹੀ ਤਿਆਰ ਹੋਈ ਹੈ। ਤੇ ਇਹਨਾਂ ਦੀ ਇਹ ਖਾਸੀਅਤ ਹੈ ਵੀ ਇਹ ਐਡਜਸਟ ਹੋ ਜਾਂਦੀਆਂ ਨੇ, ਐਡਜਸਟੇਬਲ ਨੇ ਤੇ ਸਾਨੂੰ ਸੌਣ 'ਚ ਕੋਈ ਦਿੱਕਤ ਨਹੀਂ ਜੀ, ਇਹ ਸਾਰੇ ਫਿਰ ਉੱਦਾਂ ਹੀ ਕਲੋਜ਼ ਹੋ ਜਾਣਗੇ ਆਪਣੇ। ਇਹਦੇ ਬਾਅਦ ਆਪਣੀ ਇਹ ਛੋਟੀ ਜਿਹੀ ਛੱਤੀ ਬਣਾਈ ਹੈ ਇੱਕ, ਇਹ ਥੋੜ੍ਹੇ ਪਰਦੇ ਪਏ ਨੇ ਜੀ, ਇਹ ਥੱਲੇ ਥੋੜ੍ਹੇ ਥੋੜ੍ਹੇ ਨਾਲ ਨਾਲ ਲਾ ਜਾਂਦੇ ਜੀ ਗ੍ਰੀਨ ਪਰਦੇ, ਕਿ ਆਪਣਾ ਅੰਦੋਲਨ ਦਾ ਰੰਗ ਵੀ ਜਿਹੜਾ ਬਰਕਰਾਰ ਰਹੇ, ਇਕੱਲਾ ਵਾਈਟ ਨਾ ਰਹੇ ਗ੍ਰੀਨਰੀ ਵਾਸਤੇ। ਠੀਕ ਹੈ। ਇਹ ਆਪਣਾ ਮੇਨ ਸੂਚ ਜਿੱਦਾਂ ਰੱਖਤਾ ਜੀ, ਇੱਥੇ ਸਾਰਾ ਕੁਛ ਕੱਟ ਆਊਟ ਕਰਨਾ। ਓਕੇ। ਅਤੇ ਕਿਤੇ ਬਾਹਰ ਜਾਣਾ ਆਪਾਂ, ਇਹ ਆਪਣੇ ਛੋਟੇ ਛੋਟੇ ਵੀ ਇੱਥੇ ਵੀ ਹੋਵੇ, ਏ ਸੀ ਦਾ ਹੋ ਗਿਆ ਸਿੱਧਾ ਸੂਚ ਜੀ। ਉਸ ਤੋਂ ਬਾਅਦ ਆਪਾਂ ਚਾਰਜਿੰਗ ਵਾਸਤੇ ਇਹ ਚੀਜ਼ ਬਣਾਈ ਆ, ਇਹਦੇ ਵਾਸਤੇ ਜਿੱਦਾਂ ਆਪਾਂ ਚਾਰਜਿੰਗ ਲਾਉਂਦੇ ਹਾਂ ਤਾਂ ਲੀਡ ਕੀ ਆ ਥੱਲੇ ਲਟਕ ਜਾਂਦਾ ਫੋਨ,
ਇਹਨਾਂ ਨੂੰ ਆਪਾਂ ਇੱਦਾਂ ਰੱਖ ਸਕਦੇ ਹਾਂ ਜੀ। ਠੀਕ ਹੈ ਜੀ। ਉਹਨਾਂ ਨੂੰ ਇਹਦੇ ਬਾਅਦ ਆਪਾਂ ਇਹ ਦੂਜੀ ਸਾਈਡ ਦੀ ਖਿੜਕੀ ਹੈ ਜੀ, ਹਵਾ ਪਾਸ ਹੁੰਦੀ ਰਹੇ। ਉਹਦੇ ਬਾਅਦ ਦੇਖੀ ਜਾਂਦੀ ਇੱਥੇ ਚਾਰਜਿੰਗ ਪੁਆਇੰਟ ਵਾਸਤੇ ਹੈ। ਇਹ ਸ਼ੀਸ਼ਾ ਜੀ ਆਪਣਾ ਦਾੜੀ ਮੁੱਛ ਸਵਾਦ ਲਈ ਜੋ ਵੀ ਪਰਨਾ ਬੰਨਣਾ। ਉਹਦੇ ਬਾਅਦ ਇਹਦੇ ਅੰਦਰ ਵੀ ਥੋੜਾ ਸਪੇਸ ਦਿੱਤਾ ਗਿਆ ਹੈ, ਇੱਥੇ ਥੋੜਾ ਬਹੁਤਾ ਸਮਾਨ ਰੱਖ ਰਿਹਾ ਹਾਂ ਜੀ। ਇਹਦੇ ਬਾਅਦ ਇੱਥੇ ਜੀ ਜੇ ਆਪਾਂ ਮੋਬਾਈਲ ਚਾਰਜਿੰਗ ਤੇ ਲਾਉਂਦੇ ਹਾਂ ਸਮਾਨ ਰੱਖ ਸਕਦੇ ਹੋ। ਇੱਥੇ ਤੁਸੀਂ ਕੁੰਡੀਆਂ ਟੰਗੀਆਂ ਦੇਖ ਹੀ ਰਹੇ ਹੋ ਆਪਾਂ, ਬਿਲਕੁਲ ਸਹੀ ਜੀ। ਇਹਦੇ ਬਾਅਦ ਇੱਥੇ ਵੀ ਥੋੜਾ ਬਹੁਤ ਆਪਾਂ ਸਮਾਨ, ਡੋਰ ਕਲੋਜ਼ਰ ਹੈ, ਸਾਰਾ ਕੁਛ ਹੈ ਜੀ, ਐਲਸੀਡੀ ਤੁਹਾਡੇ ਸਾਹਮਣੇ ਹੀ ਹੈ ਜੀ। ਉਹਦੇ ਬਾਅਦ ਛੋਟਾ ਮਿੰਨੀ ਸਪੀਕਰ ਹੈ ਜੀ, ਤੁਸੀਂ ਐਲਸੀਡੀ ਨਾਲ ਵੀ ਅਟੈਚ ਕਰ ਸਕਦੇ ਹੋ, ਵੈਸੇ ਐਫਐਮ ਵਗੈਰਾ ਸਾਰਾ ਕੁਛ ਸੁਣ ਸਕਦੇ ਹੋ, ਜ਼ਿਆਦਾ ਮਹਿੰਗਾ ਨਹੀਂ। ਬਾਕੀ ਡਿਸ਼ ਵਗੈਰਾ ਬਾਹਰ ਲੱਗੀ ਹੋਈ ਹੈ ਜੀ, ਐਡਜਸਟ ਫੈਨ ਵੀ ਲਗਾਤਾ। ਹਾਂਜੀ ਹਾਂਜੀ ਜੀ। ਇਹ ਛੋਟੀਆਂ ਰੰਗੀਨ ਲਾਈਟਾਂ ਹੈ ਜੀ, ਰਾਤ ਨੂੰ ਅਗਰ ਤੁਸੀਂ ਸੋਣਾ ਹੈ ਤਿੰਨੇ ਵਾਈਟ ਲਾਈਟਾਂ ਬੰਦ ਕਰ ਸਕਦੇ ਹੋ, ਬਲੂ ਅਤੇ ਰੈੱਡ ਲਾਈਟ ਜਲਦੀ ਰਹੇਗੀ ਜੀ। ਓਕੇ ਜੀ, ਠੀਕ ਜੀ। ਆਪਣਾ ਇੱਥੇ ਇਨਵੇਟਰ ਵੀ ਆ ਜੂਗਾ ਜੀ, ਉੱਪਰ ਛੱਤੀ 'ਤੇ ਰੱਖ ਸਕਦੇ ਹਾਂ ਆਪਾਂ। ਓਕੇ ਜੀ। ਥੋੜ੍ਹਾ ਬਹੁਤ ਸਮਾਨ ਵੀ ਰੱਖ ਸਕਦੇ ਹਾਂ, ਇਨਵੇਟਰ ਵਗੈਰਾ ਕੱਲ੍ਹ ਨੂੰ ਆ ਜਾਣਗੇ ਜੀ। ਕੱਲ੍ਹ ਨੂੰ ਵਾਈਫਾਈ ਦਾ ਵੀ ਕਨੈਕਸ਼ਨ ਉੱਪਰ ਕਰਵਾਤਾ ਜੀ, ਡਿਸ਼ ਵਗੈਰਾ ਬਾਹਰ ਹੀ ਲੱਗੇ ਹੋਏ ਆ ਜੀ ਉੱਪਰ। ਕਿਆ ਬਾਤ ਹੈ, ਅਤੇ ਮਤਲਬ ਇਹਨੂੰ ਅਸੀਂ ਲਗਜ਼ਰੀ ਟਰਾਲੀ ਕਹਿ ਸਕਦੇ ਹਾਂ ਜੀ। ਹਾਂਜੀ, ਕਮ ਬਜਟ ਦੀ ਲਗਜ਼ਰੀ ਟਰਾਲੀ ਕਹਿ ਸਕਦੇ ਹੋ ਤੁਸੀਂ। ਇਹਦੇ ਜੋ ਦੇਖੋਗੇ ਤੇ ਤੁਹਾਨੂੰ ਇਹ ਨਹੀਂ ਲੱਗੇਗਾ ਵੀ ਬਹੁਤ ਘੱਟ ਬਜਟ 'ਚ ਤਿਆਰ ਹੋਈ ਹੈ। ਬਿਲਕੁਲ ਸਹੀ। ਤੇ ਜੇ ਇਹਦੀ ਅੰਦਰ ਦੀ ਦੇਖੋਗੇ ਜਾਂ ਬਾਹਰੋਂ ਦੇਖੋਗੇ ਤੁਸੀਂ ਦਿਨੇ, ਤਾਂ ਤੁਸੀਂ ਕਹਿ ਨਹੀਂ ਸਕਦੇ ਵੀ ਇੰਨੇ ਘੱਟ ਬਜਟ 'ਚ ਤਿਆਰ ਹੋਈ ਹੈ। ਤੇ ਬਿਲਕੁਲ ਸਹੀ, ਇੱਕ ਅਲੱਗ ਹੀ ਫੀਲ ਆਏਗੀ ਤੁਹਾਨੂੰ, ਹਲੇ ਥੋੜ੍ਹਾ ਗੱਦਿਆਂ ਦਾ ਐਡਜਸਟ ਹੋਣਾ, ਸਾਰਾ ਕੁਛ ਹੋਣਾ ਜੀ, ਥੱਲੇ ਦਾ ਥੋੜ੍ਹੀ ਕਸਰ ਹਲੇ ਬਾਕੀ ਹੈ। ਸੋ ਗਾਈਜ਼, ਕਿਵੇਂ ਲੱਗੀ ਤੁਹਾਨੂੰ ਸਾਡੀ ਲਗਜ਼ਰੀ ਟਰਾਲੀ? ਅਗਰ ਵਧੀਆ ਲੱਗਦੀ ਹੈ ਤਾਂ ਲਾਈਕ ਕਮੈਂਟ ਜ਼ਰੂਰ ਕਰ ਦਿਓ, ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਜ਼ਿੰਦਾਬਾਦ। ਅਤੇ ਪਿੰਡ ਕੋੜਵੇ ਦੇ ਜਿਹੜੇ ਕਿਸਾਨ ਯੂਨੀਅਨ ਦੇ ਸਾਡੇ ਮੈਂਬਰ, ਉਹਨਾਂ ਦੇ ਸਹਿਯੋਗ ਦੇ ਨਾਲ ਇਹ ਘੱਟ ਤੋਂ ਘੱਟ ਬਜਟ ਦੇ ਵਿੱਚ ਇਹ ਟਰਾਲੀ ਤਿਆਰ ਕੀਤੀ ਗਈ ਹੈ। ਵਧੀਆ ਲੱਗਦੀ ਹੈ ਤਾਂ ਲਾਈਕ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।